ਸਾਡੇ ਵਿਚਕਾਰ ਪਹੁੰਚੇ ਹਨ, ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਹੌਲਦਾਰ ਰਾਮ ਸ਼ਾਹ ਜੀ ਉਹ ਵੀ ਸਾਡੇ ਵਿਚਕਾਰ ਪਹੁੰਚੇ ਹਨ, ਸਿੰਘ ਕਮੇਟੀ ਮਹਿੰਦੀਪੁਰ ਅਤੇ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਮਹਿੰਦੀਪੁਰ। ਵੱਧ ਸਮਾਂ ਜਿਹੜਾ ਗੇੜੇ ਤੇ ਲੱਗ ਜਾਣਾ, 6 ਵਜ ਕੇ ਅਸੀਂ ਹਰ ਹੱਦ ਦੇ ਵਿੱਚ ਝੰਡੀ ਦੀ ਕੁਸ਼ਤੀ ਸ਼ੁਰੂ ਕਰਾਉਣੀ ਹੈ। ਆਹ ਜਿਹੜੀ ਕੁਸ਼ਤੀ 2 ਨੰਬਰ ਦੀ ਖੱਡ ਦੇ ਵਿੱਚ ਸ਼ੁਰੂ ਹੋ ਗਈ ਹੈ। ਇੱਕ ਪਾਸੇ ਕਹਿੰਦੇ ਮਾਲਵੇ ਦੀ ਧਰਤੀ ਜ਼ਿਲ੍ਹਾ ਪਟਿਆਲੇ ਨੂੰ ਬਿਲੋਂਗ ਕਰਦਾ ਹੋਇਆ ਰਾਜਾ ਸ਼੍ਰੀ ਹਰਗੋਬਿੰਦ ਸਾਹਿਬ ਖਾੜਾ ਲੱਲੀਆਂ ਦਾ ਗੱਭਰੂ ਨੌਜਵਾਨ ਬਲਕਾਰ ਲੱਲੀਆਂ ਕਾਲੇ ਰੰਗ ਦਾ ਲਗੋਟਾ ਹਰਵਿੰਦਰ ਸਿੰਘ ਜੀ ਅਜੀਤ ਬਲਕਾਰ ਲੱਲੀਆਂ ਤੇ ਮੁੰਨ ਕੱਗਰ ਸਿਰਾ 6-6 ਫੁੱਟ ਕੱਦਾਂ ਤੇ ਮੈਂ ਉਸ ਦਾਦੇ ਦਾ ਗੁੱਗਾ ਜਾਂ ਰੁਪਈਏ ਦਾ ਜਿੱਤਾ ਆਪਾਂ ਸਾਰੇ ਦੇ ਰਹੇ ਹਾਂ। ਸੋ ਕਹਿੰਦੇ 1000 ਰੁਪਈਆ ਇਸ ਕੁਸ਼ਤੀ ਤੇ ਲਾ ਦਿਓ। ਬਹੁਤ ਬਹੁਤ ਧੰਨਵਾਦ ਕਰਦੇ ਸਰਦਾਰ ਹਰਮਨ ਸਿੰਘ ਜੀ ਸਪੁੱਤਰ ਸਿਕੰਦਰੀ ਮਾਜਨ ਦਾ ਝੰਡੀ ਦੀ ਕੁਸ਼ਤੀ ਦੇ ਦੋਨੋਂ ਪਹਿਲਵਾਨ ਸਟੇਜ ਦੇ ਨਾਜ਼ਰ ਜੀ ਗੇੜਾ ਲਵਾਈਏ ਦੋਨਾਂ ਪਹਿਲਵਾਨਾਂ ਦਾ। ਆਗੇ ਦੋਨਾਂ ਪਹਿਲਵਾਨ ਜੀ ਮੈਂ ਬੇਨਤੀ ਕਰਾਂ ਸਰਪੰਚ ਸਾਹਿਬ ਨੂੰ ਝੰਡੀ ਵੱਲੋਂ ਆਪਣਾ ਨਾਮ ਦਿੱਤਾ ਜਾਣਾ। ਸਨੀ ਜੂਕੇ ਮਨੀ ਜਿੱਕੀ ਜੂਕੇ ਸਪੁੱਤਰ ਸ੍ਰੀ ਪਵਨ ਲਾਲ ਜੀ ਜੂਕੇ ਦਰਸ਼ਨ ਕਪੂਰਥਲੇ ਨੂੰ ਜਿੱਤ ਕੀਤਾ ਤੇ ਸੱਜਰ ਸਿੰਘ ਝੋਟੀ ਦਾ ਕਹਿੰਦੇ ਰੱਸਾ ਫੜਿਆ ਸੀ। ਸਤਿੰਦਰ ਨੂੰ ਵੱਡਾ ਸਿੰਘ ਮੇਲਾ ਹੋਏਗਾ। ਰੱਖਣਾ ਢਾਹਾਂ ਤੋਂ ਕਾਰਵੀਰ ਪੁੱਜੇ ਆ ਜਿੱਥੇ ਕਹਿੰਦੇ ਰੂਬਰ ਖੰਨਾ ਤੇ ਜੱਸੇ ਪੱਟੀ ਦੀ 12 ਤਰੀਕ ਨੂੰ 2 ਸੋਨੇ ਦੀਆਂ ਮੁੰਡੀਆਂ ਦਰਸ਼ਕ ਵੀਰਾਂ ਨੂੰ ਵੀ ਦਿੱਤੀਆਂ ਮਹਿਤਪੁਰ ਲੱਦਣੀ ਦੇ ਸਿੰਘ ਮੇਲੇ ਦੇ ਵਿੱਚ ਦਿੱਤੀਆਂ ਜਾਣਗੀਆਂ। ਇਹ 6 ਸਤੰਬਰ ਦਾ ਸਿੰਘ ਮੇਲਾ ਹੈ। ਇਹ ਵੀ ਸਾਰੇ ਮੇਰੇ ਵੀ ਨੋਟ ਕਰ ਲਿਆ ਜੀ। ਹਾਂਜੀ, 6 ਸ਼ੇਰਾ 6 ਪਾਣੀ ਫਗਵਾੜਾ ਤੇ ਗੋਲਡੀ ਗੱਜਰ ਇਹ ਵੀ ਦੋਨੋਂ ਪਹਿਲਵਾਨ ਤਿਆਰ ਹੋ ਗਏ ਖਾੜੇ ਦੇ ਵਿੱਚ। ਆ ਜੀ ਉੱਥੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਲਓ ਜੀ ਸਾਹਮਣੇ ਬਲਕਾਰ ਲੱਲੀਆਂ ਉੱਪਰਲੇ ਪਾਸੇ ਹੇਠ ਦਾਦਾ ਸਾਬਕਾ ਸਰਪੰਚ ਸ੍ਰੀ ਰਸੀਦ ਚੰਦ ਜੀ ਦੇ ਪਰਿਵਾਰ ਦਾ ਧੰਨਵਾਦ ਕਰਦੇ ਹਾਂ ਮਾਸਟਰ ਜੋਗਾ ਸਿੰਘ ਜੀ ਜਿਹਨਾਂ ਦੇ ਪਰਿਵਾਰ ਦੇ ਦਾਦੇ ਦੀਆਂ ਵੱਡੀਆਂ ਰਹਿ ਢੁੱਲੀ ਹੋ ਗਈ ਸੀ। ਕਹਿੰਦੇ 1 ਵਜਾ ਹੁਣ 5 ਜੀ ਹੋ ਗਏ। ਪੱਲੀ ਮਹਿੰਦੀ ਪਰਵੀਰ ਵੱਲੋਂ ਰਾਜ ਕੁਸ਼ਤੀ ਦੇ ਜੋੜ ਮਲ ਕੁਸ਼ਤੀ ਜਿੱਤ ਕੇ ਜਾਏਗਾ। ਸਾਡੇ ਵੱਲੋਂ ਵੀ ਇਹਨਾਂ ਦੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਅੱਧੇ ਘੰਟੇ ਦੀ ਕੁਸ਼ਤੀ ਜਿਹੜੀ ਹੈ ਚੱਲ ਚੁੱਕੀ ਹੈ। ਫੈਸਲਾ ਜਿਹੜਾ ਪ੍ਰਬੰਧਕ ਕਮੇਟੀ ਦਾ ਹੋਏਗਾ। ਮਾਸਟਰ ਜੋਗਾ ਸਿੰਘ ਜੀ ਜਿਹਨਾਂ ਦੇ ਪਰਿਵਾਰ ਦੇ ਦਾਦੇ ਦੀ ਵੱਡੀ ਰਹਿਮਤ ਹੈ। ਝੰਡੀ ਲਾ ਕੇ ਗੇੜਾ ਲਾ ਰਹੇ ਜਗ੍ਹਾ ਛੱਡ ਦੇ ਜੀ ਥੋੜੀ ਤਾੜੀਆਂ ਮਾਰੋ ਜ਼ੋਰਦਾਰ। ਫਰੈਂਡਸ ਬਾਹਰੀ ਦਾਰ ਵਾਲੇ ਪੁਆਇੰਟ ਤੇ ਆ ਗਏ ਅੱਜ ਦੇ ਸਿਸ਼ੇਲ ਵਿਰੋਧ ਹੈ। ਅੱਜ ਬਾਬਾ ਜੀ ਆਓ ਅੱਗੇ ਸਪਲੈਂਡਰ ਮੋਟਰਸਾਈਕਲ ਦੀ ਚਾਬੀ ਜਿਹੜੀ ਹੈ ਸੋਨੀ ਪਹਿਲਵਾਨ ਨੂੰ ਦਿੱਤੀ ਜਾਂਦੀ ਹੈ। ਸਰਕਾਰਾਂ